ਹਾਂਜੀ ਮੇਰੇ ਸਿੰਘ ਜੀ ਮੱਲੇ ਦੀ ਟੀਮ ਇੱਥੇ ਕੋਰਟ ਚ ਪਹੁੰਚਾ ਕੇ ਤਾਂ ਆਮ ਆਦਮੀ ਪਾਰਟੀ ਗੱਲ ਕਰਨੀ ਕਿਹੋ ਜਿਹਾ ਪ੍ਰਧਾਨ ਘਰ ਮਿਲਿਆ ਲੋਕਾਂ ਨੇ ਕੀ ਕਹਿ ਰਹੇ ਆਮ ਆਦਮੀ ਪਾਰਟੀ ਬਾਰੇ ਵੇਖੋ ਜੀ ਅਸੀਂ ਘਰ ਘਰ ਜਾ ਕੇ ਹਰ ਇੱਕ ਘਰ ਦੇ ਵਿੱਚ ਪ੍ਰਚਾਰ ਕੀਤਾ ਅਤੇ ਹਰ ਇੱਕ ਘਰ ਨੇ ਸਾਨੂੰ ਹੌਸਲਾ ਦਿੱਤਾ ਵੀ ਫਿਕਰ ਨਹੀਂ ਕਰਨਾ ਵੀ ਇਕੱਲੀ ਇਕੱਲੀ ਵੋਟ ਆਮ ਪਾਰਟੀ ਨੂੰ ਪਊਗੀ ਕੀ ਲੱਗਦਾ ਪੰਜਾਬ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਆਮ ਆਦਮੀ ਪਾਰਟੀ ਲੋਕਾਂ ਦਾ ਪੰਜਾਬ ਦੇ ਵਿੱਚ ਬਹੁਤ ਵਧੀਆ ਆਮ ਪਾਰਟੀ ਦਾ ਮਾਹੌਲ ਆ ਇੱਥੇ 100% ਆਮ ਆਦਮੀ ਪਾਰਟੀ ਜਿੱਤੂਗੀ ਅਤੇ ਜਿੱਤ ਕੇ ਭਗਵੰਤ ਮਾਨ ਦੇ ਸਾਹਿਬ ਦੀ ਝੋਲੀ ਵਿੱਚ ਸੀਟ ਪਾਵਾਂਗੇ ਕਾਂਗਰਸ ਸਰਕਾਰ ਨੇ ਸੀਐਮ ਚਿਹਰਾ ਜਿਹੜਾ ਵਾ ਚੰਨੀ ਨੂੰ ਐਲਾਨਤਾ ਵਾ ਕੀ ਉਹਦੇ ਨਾਲ ਫਰਕ ਪਵੇਗਾ ਕਿ ਆਮ ਆਦਮੀ ਪਾਰਟੀ ਦੀ ਵੋਟ ਪੈਂਦੀ ਵੇਖੋ ਜੀ ਚੰਨੀ ਸਾਹਿਬ ਨੂੰ ਉਹਨਾਂ ਚਿਹਰਾ ਐਲਾਨ ਦਿੱਤਾ ਪਰ ਉਹਨਾਂ ਦੇ ਨਾਲ ਦੇ ਚੰਨੀ ਸਾਹਿਬ ਸਾਡਾ ਭਰਾ ਹੈ ਸਾਰਿਆਂ ਦਾ ਹੀ ਪਰ ਉਹਦੇ ਜਿਹੜੇ ਨਾਲ ਬੰਦੇ ਆ ਉਹ ਚੰਨੀ ਸਾਹਿਬ ਦੀ ਵਾਰ ਵਾਰ ਬੇਇੱਜ਼ਤੀ ਕਰਨ ਦੇ ਉਹਨੂੰ ਦਲਿਤ ਕਹਿ ਕਹਿ ਕੇ ਘੜੀ ਮੁੜੀ ਵਾਰ ਵਾਰ ਦਲਿਤ ਦਲਿਤ ਕਹੀ ਜਾਂਦੇ ਜੇ ਚੰਨੀ ਸਾਹਿਬ ਦੀ ਖੁਦ ਉਹ ਬੇਇੱਜ਼ਤੀ ਕਰਨ ਦੇ ਆ ਚੰਨੀ ਸਾਹਿਬ ਸਾਡਾ ਭਰਾ ਆ ਪਰ ਚੰਨੀ ਸਾਹਿਬ ਦੀ ਪਾਰਟੀ ਕਿਹੜੀ ਹੈ ਨਾ ਖੁਦ ਹੀ ਚੰਨੀ ਸਾਹਿਬ ਨੂੰ ਚੰਗਿਆ ਨਹੀਂ ਸਮਝਦੀ ਜਿਨ੍ਹਾਂ ਦੇ ਲੋਕਾਂ ਦੇ ਧੱਕੇ ਨਾਲ ਝੰਡੇ ਕਾਂਗਰਸ ਦੇ ਲਾਏ ਗਏ ਅਕਾਲੀਆਂ ਦੇ ਲਾਏ ਗਏ ਆ ਉਹ ਸਾਨੂੰ ਆਣ ਕੇ ਖੁਦ ਮਿਲਦੇ ਆ ਕਹਿੰਦੇ ਭਾਅ ਜੀ ਸਾਨੂੰ ਮਜਬੂਰੀ ਦੇ ਕਾਰਨ ਸਾਡੇ ਝੰਡੇ ਲਾਏ ਗਏ ਆ ਅਸੀਂ ਤੁਹਾਡੇ ਨਾਲ ਆ ਅਤੇ ਤੁਹਾਨੂੰ ਵੋਟਾਂ ਪਾਵਾਂਗੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਪਣਾ ਮੁਕਾਬਲਾ ਕਿਹਦੇ ਨਾਲ ਮਿਲਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿ ਕਾਂਗਰਸ ਪਾਰਟੀ ਦੇ ਨਾਲ ਵੇਖੋ ਜੀ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਸਾਡੇ ਨਾਲ ਮੁਕਾਬਲਾ ਕਰ ਸਕਦੀ ਆ ਅਤੇ ਨਾ ਹੀ ਅਕਾਲੀ ਦਲ ਕਰ ਸਕਦੀ ਹੈ ਇਹਨਾਂ ਦੀਆਂ ਤਾਂ ਪੰਜ ਪੰਜ ਛੇ ਛੇ ਸੀਟਾਂ ਆਉਣੀਆਂ ਸਾਡੀਆਂ 100 ਸੀਟ ਅਸੀਂ ਲਵਾਂਗੇ ਇੱਥੋਂ ਸਰਵੇ ਤਾਂ ਕਹਿ ਰਿਹਾ ਵਾ ਕਿ 25 ਤੋਂ 30 ਸੀਟਾਂ ਜਿਹੜੀਆਂ ਵਾ ਆਮ ਆਦਮੀ ਪਾਰਟੀ ਨੂੰ ਮਿਲੂਗੀ ਸਰਵੇ ਜਿਹੜਾ ਉਹ ਕਈ ਗਲਤ ਸਰਵੇ ਕਰ ਰਹੇ ਆ ਪਬਲਿਕ ਦੇ ਵਿੱਚ ਜਾ ਕੇ ਵੇਖੋ ਲੋਕਾਂ ਨੂੰ ਪੁੱਛੋ ਸਰਵਾ ਕਈ ਵਾਰ ਕਿਸੇ ਦੇ ਅਧੀਨ ਵੀ ਹੋ ਜਾਂਦੇ ਆ ਇਸ ਕਰਕੇ ਕਈ ਵਾਰ ਸਰਵਾ ਵੀ ਗਲਤ ਹੋ ਜਾਂਦਾ ਪਰ ਪਬਲਿਕ ਆ ਜਿੰਨੀ ਉਹ ਸਾਰੀ ਆ ਝਾੜੂ ਦੇ ਮਗਰ ਆ ਉਹ ਕਹਿਣ ਡੇ ਵੀ ਅਸੀਂ ਕਿ ਝਾੜੂ ਫੇਰ ਦੇਣਾ ਅਤੇ ਪੰਜਾਬ ਨੂੰ ਇੱਕ ਯਾਦ ਕਰਵਾਉਣਾ ਅਤੇ ਨਵੀਂ ਸਰਕਾਰ ਲਿਆਉਣੀ ਹੁੰਗਾਰਾ ਜਿਹੜਾ ਜੇ ਉਹ ਤਾਂ 101% ਮਿਲਿਆ ਜੀ ਕਿਉਂਕਿ ਇਸ ਟਾਈਮ ਦੁਪਹਿਰ ਦਾ ਟਾਈਮ ਆ ਔਰ ਲੇਡੀਜ਼ ਸਾਨੂੰ ਮਿਲ ਰਹੀਆਂ ਵਾ ਅਤੇ ਲੇਡੀਜ਼ ਇਹ ਕਹਿ ਰਹੀ ਹੈ ਕਿ ਤੁਸੀਂ ਫਿਕਰ ਨਾ ਕਰੋ ਇਸ ਵਾਰੀ ਅਸੀਂ ਤੁਹਾਡੇ ਨਾਲ ਹਾਂ ਕਿਉਂਕਿ ਅਸੀਂ ਕੁਛ ਜਗ੍ਹਾ 'ਤੇ ਦੇਖ ਰਹੇ ਹਾਂ ਕਿ ਅਕਾਲੀਆਂ ਦੇ ਝੰਡੇ ਵੀ ਲੱਗੇ ਹੋਏ ਆ ਲੇਕਿਨ ਲੋਕ ਫਿਰ ਵੀ ਕਹਿ ਰਹੇ ਆ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਹਾਂ ਇਹ ਇੱਕ ਬੜੀ ਹੀ ਵੱਡੀ ਜਿਹੜੀ ਜਿੱਤ ਆ ਸਾਡੀ ਕਿ ਝੰਡੇ ਲੱਗਣ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਜੇ ਕਿ ਝੰਡੇ ਲੱਗੇ ਨਹੀਂ ਹੋਏ ਤਾਂ ਵੀ ਲੋਕ ਜਿਹੜੇ ਇੰਨਾ ਕੁ ਉਤਸ਼ਾਹਿਤ ਕਰ ਰਹੇ ਆ ਕਿ ਇਸ ਵਾਰੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਔਰ ਪੂਰਾ ਝਾੜੂ ਫੇਰਾਂਗੇ ਕੀ ਮਹਿਲਾਵਾਂ ਕੇਜਰੀਵਾਲ ਦੀ ਸਕੀਮਾਂ ਨਾਲ ਜੁੜ ਰਹੀਆਂ ਉਹਦੀ ਨੀਤੀ ਨਾਲ ਜੁੜ ਰਹੀਆਂ ਵਾ ਕਿ ਜਾਂ ਵੈਸੇ ਹੀ ਲੋਕ ਇਹਨਾਂ ਰਵਾਇਤੀ ਪਾਰਟੀ ਤੱਕ ਚੁੱਕੇ ਆ ਉਹਨਾਂ ਸਰ ਇੱਕ ਤਾਂ ਜਿਹੜਾ ਇਹਨਾਂ ਕੋਲ ਅੱਕ ਤਾਂ ਚੁੱਕੇ ਹੀ ਆ ਲੇਕਿਨ ਜਿਹੜੇ ਕੇਜਰੀਵਾਲ ਜੀ ਦੀਆਂ ਜਿਹੜੀਆਂ ਉੱਥੇ ਜੋ ਵੀ ਵਰਕ ਹੋਇਆ ਵਾ ਦਿੱਲੀ ਦੇ ਵਿੱਚ ਲੋਕ ਦੇਖ ਰਹੇ ਆ ਕਿਉਂਕਿ ਹਰ ਕਿਸੇ ਦਾ ਕੋਈ ਨਾ ਕੋਈ ਰਿਸ਼ਤੇਦਾਰ ਦਿੱਲੀ ਜ਼ਰੂਰ ਹੈ ਔਰ ਉਹ ਲੋਕ ਵੇਖ ਰਹੇ ਆ ਕਿ ਉੱਥੇ ਕੀ ਹੋ ਰਿਹਾ ਵਾ ਸੋ ਲੋਕਾਂ ਦੇ ਦਿਲ 'ਚ ਇਹ ਆਸ ਹੈ ਕਿ ਜੋ ਕੁਝ ਦਿੱਲੀ ਦੇ ਵਿੱਚ ਹੋਇਆ ਵਾ ਉਹ ਸੋ ਪੰਜਾਬ ਵਿੱਚ ਵੀ ਹੋਏਗਾ ਜੋ ਸਹੂਲਤਾਂ ਦਿੱਲੀ ਵਿੱਚ ਦਿੱਤੀਆਂ ਕੇਜਰੀਵਾਲ ਨੇ ਕਿ ਉਹ ਪੰਜਾਬ ਵਿੱਚ ਵੀ ਲਾਗੂ ਹੋਣਗੀਆਂ ਬਿਲਕੁਲ ਸਰ ਬਿਲਕੁਲ ਹੋਣਗੀਆਂ ਸਰ ਕਿਉਂਕਿ ਉਹਨਾਂ ਨੇ ਹੁਣ ਇਹੀ ਕਿਹਾ ਕਿ ਜੇ ਦਿੱਲੀ ਮਾਡਲ ਹੈ ਤਾਂ ਦਿੱਲੀ ਮਾਡਲ ਦੀ ਤਰਜ਼ 'ਤੇ ਹੀ ਪੰਜਾਬ ਦਾ ਮਾਡਲ ਬਣੇਗਾ ਕਿਉਂਕਿ ਪੰਜਾਬ ਦਾ ਮਾਡਲ ਦਿੱਲੀ ਨਾਲੋਂ ਕਿਤੇ ਵੱਧ ਵਧੀਆ ਮਾਡਲ ਬਣੇਗਾ